ਉਂਡਾ ਬੜਾ ਸੋਹਣਾ ਸੀ ਬੜਾ ਜਣਾ ਬੜੀ ਗੱਲਬਾਤ ਵਾਲਾ ਬੜੀ ਸ਼ਕਲ ਸੂਰਤ ਵਾਲਾ ਸੀ ਹੋਇਆ ਇਸ ਤਰ੍ਹਾਂ ਬਈ ਬਹਿ ਗਿਆ ਉਹ ਆਪਣੇ ਸ਼ਰੀਕਾਂ ਦੇ ਕੋਲ ਉਹਨਾਂ ਲੋਕਾਂ ਦੀ ਬਹਿਣੀ ਬਹਿ ਗਿਆ ਜਿਹੜੇ ਉਹਨਾਂ ਦਾ ਬੁਰਾ ਚਾਹਦੇ ਸਨ ਜਿਹੜੇ ਉਸ ਘਰ ਨੂੰ ਤਬਾਹ ਕਰਨਾ ਚਾਹਦੇ ਸਨ ਜਿਨ੍ਹਾਂ ਨੇ ਉਸ ਬੱਚੇ ਦੇ ਬਾਪ ਦੇ ਨਾਲ ਬੜੇ ਹਰਬੇ ਇਸਤੇਮਾਲ ਕੀਤੇ ਵੀ ਕਿਸੇ ਤਰੀਕੇ ਇਹਨਾਂ ਦਾ ਘਰ ਤਬਾਹ ਹੋ ਜਾਵੇ ਲੇਕਿਨ ਉਹਨਾਂ ਦੇ ਸਾਰੇ ਹਰਬੇ ਸਾਰੀਆਂ ਕੋਸ਼ਿਸ਼ਾਂ ਨਕਾਮ ਹੋਈਆਂ ਇਹ ਬੱਚਾ ਬਹਿ ਗਿਆ ਉਹਨਾਂ ਦੀ ਬੈਣ ਹੁਣ ਉਹਨਾਂ ਕੀ ਕੀਤਾ ਇਸ ਬੱਚੇ ਨੂੰ ਲਾ ਛੜਿਆ ਚਰਸ ਤੇ ਫਿਰ ਉਹਨਾਂ ਲਾ ਛੜਿਆ ਇਹਨੂੰ ਪਾਊਡਰ ਤੇ ਫਿਰ ਉਹ ਇੱਕ ਕੋਈ ਨਸ਼ਾ ਮੈਨੂੰ ਤੇ ਨਹੀਂ ਪਤਾ ਕੀ ਉਹਨੂੰ ਹੋ ਰਿਹਾ ਹੁੰਦੇ ਨੇ ਆਈਸ ਕਰਕੇ ਕੋਈ ਨਸ਼ਾ ਆਂਦੇ ਨੇ ਉਹਨਾਂ ਲਾ ਛੜਿਆ ਉਹਦੇ ਉੱਤੇ ਬੜਾ ਸੋਹਣਾ ਮੁੰਡਾ ਸੀ ਬੜੀ ਸ਼ਕਲ ਸੂਰਤ ਗੱਲਬਾਤ ਵਾਲਾ ਬੜਾ ਜਣਾ ਸੀ ਐਂਜ ਸੁੱਕ ਕੇ ਲੱਕੜੀ ਵਾਂਗ ਹੋ ਗਿਆ ਮੈਂ ਗੱਲ ਤੇ ਇਸ ਨਤੀਜੇ ਦੇ ਉੱਤੇ ਆਪੜਿਆ ਕਿ ਕਈ ਲੋਕ ਐਸੇ ਹੁੰਦੇ ਨੇ ਕਈ ਤੁਹਾਡੇ ਵੀ ਹੋਣਗੇ ਐਸੇ ਜਿਹੜੇ ਕਿ ਤੁਹਾਨੂੰ ਤਬਾਹ ਕਰਨਾ ਚਾਹੁੰਦੇ ਨੇ ਜ਼ਲੀਲ ਕਰਨਾ ਚਾਹੁੰਦੇ ਨੇ ਰਸਵਾ ਕਰਨਾ ਚਾਹੁੰਦੇ ਨੇ ਤੁਹਾਡੇ ਘਰ ਦਾ ਸਕੂਨ ਤੇ ਚੈਨ ਅਮਨ ਤਬਾਹ ਕਰਨਾ ਚਾਹੁੰਦੇ ਨੇ ਲੇਕਿਨ ਉਹਨਾਂ ਦੀ ਜਦੋਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋ ਜਾਂਦੀਆਂ ਨੇ ਸਾਰੇ ਹਰਬੇ ਉਹਨਾਂ ਦੇ ਫੇਲ ਹੋ ਜਾਂਦੇ ਨੇ ਨਾ ਉਹ ਫਿਰ ਜਾਂ ਤੁਹਾਡੇ ਛੋਟੇ ਭਰਾ ਨੂੰ ਜਾਂ ਤੁਹਾਡੇ ਬੇਟੇ ਨੂੰ ਕਿਸੇ ਵੀ ਤੁਹਾਡੀ ਫੈਮਿਲੀ ਮੈਂਬਰ ਨੂੰ ਇਹ ਸਾਰੇ ਲਾ ਲਿੰਦੇ ਨੇ ਇਸ ਪਾਸੇ ਲਾ ਲੈਂਦੇ ਨੇ ਉਹ ਆਪਣੇ ਪੋਟਿਆਂ ਦੇ ਉੱਤੇ ਚਾੜ੍ਹ ਲੈਂਦੇ ਨੇ ਉਹ ਬੱਚੇ ਨੂੰ ਇਹ ਸਮਝ ਨਹੀਂ ਆਉਂਦੀ ਕਿ ਮੇਰਾ ਖੈਰ ਖਾ ਘਰ ਦੇ ਨੇ ਕਿ ਇਹ ਖੈਰ ਖਾ ਹੈ ਸਮਝ ਆ ਰਹੀ ਮੇਰੀ ਗੱਲ ਦੀ ਮੈਂ ਤੁਹਾਨੂੰ ਆਖਾਂਗਾ ਤੁਸੀਂ ਵਿਆਹੇ ਹੋ ਜਾਂ ਇਕਵਾਰੇ ਹੋ ਤੁਸੀਂ ਬੁੱਢੇ ਹੋ ਜਾਂ ਜਵਾਨ ਹੋ ਕੋਈ ਬੀਬੀ ਜਾਂ ਬੰਦਾ ਜਿਹੜੇ ਵੀ ਮੇਰੀ ਵੀਡੀਓ ਵੇਂਦੇ ਹੋ ਮੈਂ ਇਹ ਗੱਲ ਆਖਾਂਗਾ ਕਿ ਤੁਸੀਂ ਆਪਣੇ ਬੱਚਿਆਂ ਦੇ ਨਾਲ ਆਪਣੇ ਆ ਛੋਟਿਆਂ ਭਾਈਆਂ ਦੇ ਨਾਲ ਇਸ ਤਰ੍ਹਾਂ ਦਾ ਤਾਮਨ ਕਰੋ ਇਸ ਤਰ੍ਹਾਂ ਦਾ ਸਲੂਕ ਕਰੋ ਕਿ ਤੁਹਾਡੇ ਬੱਚੇ ਤੁਹਾਡੇ ਤੋਂ ਯਾਨੀ ਕਿ ਮਤਨਫਰ ਨਾ ਹੋਣ ਤੁਹਾਡੇ ਨਾਲ ਨਫਰਤ ਨਾ ਕਰਨ ਜਿਹੜੇ ਤੁਹਾਡੇ ਛੋਟੇ ਭਰਾ ਨੇ ਉਹਨਾਂ ਨੂੰ ਸਮਝਾਓ ਅچھے ਤਰੀਕੇ ਨਾਲ ਸਮਝਾਓ ਔਰ ਉਹਨਾਂ ਦੇ ਨਾਲ ਖੁਸ਼ ਮਜ਼ਾਜੀ ਦੇ ਨਾਲ ਖੁਸ਼ اخਲਾਕੀ ਦੇ ਨਾਲ ਉਹਨਾਂ ਨੂੰ ਇੱਕ ਦੂਜੇ ਦੇ ਨਾਲ ਮਤਲਬ ਕਿ ਆਪਸ ਵਿੱਚ ਖੂਨ ਮਿਲ ਕੇ ਰਭੋ ਅਸੀਂ ਮਜ਼ਾਕ ਵੀ ਕਰੋ ਔਰ ਇਸੇ ਤਰ੍ਹਾਂ ਜਿਹੜੇ ਤੁਹਾਡੇ ਬੇਟੇ ਨੇ ਤੁਹਾਡੇ ਬੱਚੇ ਨੇ ਉਹਨਾਂ ਨੂੰ ਆਪਣਾ ਦੋਸਤ ਬਣਾਓ ਉਹਨਾਂ ਨਾਲ ਪਿਆਰ ਕਰਿਆ ਕਰੋ ਐਡਾ ਸਖਤ ਰਵਈਆ ਅਖਤਿਆਰ ਨਾ ਕਰਿਆ ਕਰੋ ਬੱਚੇ ਖਰਾਬ ਹੋ ਜਾਂਦੇ ਨੇ ਔਰ ਉਹ ਹੀ ਬੱਚੇ ਜਦੋਂ ਖਰਾਬ ਹੁੰਦੇ ਨੇ ਤੇ ਉਹ ਮਤਲਬ ਇਸ ਤਰ੍ਹਾਂ ਹੀ ਖਰਾਬ ਹੁੰਦੇ ਨੇ ਨਾ ਕਿਸੇ ਦੂਜੇ ਦੀ ਬਹਿਣੀ ਬਹਿ ਜਾਂਦੇ ਨੇ ਉਹ ਕਿਵੇਂ ਆਂਦੇ ਨੇ ਜੰਮਣ ਵਾਲੀ ਨਾਲੋਂ ਡੋਲੀ ਪਾਣ ਵਾਲੀ ਉਹ ਚੰਗੀ ਬਣ ਜਾਂਦੀ ਉਹ ਜੰਮਣ ਵਾਲਿਆਂ ਨਾਲੋਂ ਪਰਵਰਸ਼ ਕਰਨ ਵਾਲਿਆਂ ਨਾਲੋਂ ਫੀਸਾਂ ਯੂਨੀਫਾਰਮ ਤੇ ਸਾਰੇ ਖਰਚਾਜਾਂ ਬਰਦਾਸ਼ਤ ਕਰਨ ਵਾਲਿਆਂ ਨਾਲੋਂ ਉਹ ਜਿਹੜੇ ਬਾਹਰੋਂ ਦੋ ਸੀਟੇ ਸੂਟੇ ਸਿਗਰਟ ਦੇ ਲਵਾ ਛੱਡਦੇ ਨੇ ਉਹ ਚੰਗੇ ਬਣ ਜਾਂਦੇ ਨੇ ਸੋ ਇਸ ਵਾਸਤੇ ਆਪਣੀ ਔਲਾਦ ਨੂੰ ਆਪਣਾ ਦੋਸਤ ਬਣਾਓ ਆਪਣੇ ਆ ਪਤੀਜਿਆਂ ਨੂੰ ਆਪਣੇ ਆਪਣੇਵਿਆਂ ਨੂੰ ਆਪਣਾ ਦੋਸਤ ਬਣਾਓ ਅਗਰ ਤੁਹਾਡੀ ਔਲਾਦ ਕਿਸੇ ਹੋਰ ਦੀ ਬੈਣੀ ਬੈ ਗਈ ਤੁਸੀਂ ਆਪਣੀ ਔਲਾਦ ਨਾਲ ਸਹੀ ਪਿਆਰ ਨਾ ਕਰੋਗੇ ਉਹਨਾਂ ਨਾਲ ਸਹੀ ਬਿਹੇਵ ਨਾ ਕਰੋਗੇ ਉਹ ਕਿਸੇ ਹੋਰ ਦੇ ਕੋਲ ਬੈ ਗਏ ਤੇ ਤੁਹਾਨੂੰ ਕੱਲ ਪਛਤਾਣਾ ਪੈ ਜਾਵੇਗਾ